بسم اللہ الرحمن الرحیم السلام علیکم کیسے ہو دوستو امید کرتا ہوں سارے بھائی خیریت سے ٹھیک ٹھاک ہو تواڈا میزبان محمد ندیم تے ਤੁਸੀਂ دیکھ رہے ہو نا یوٹیوب چینل ندیم گوٹ فارم اج جناب کے گوٹ فارم تے اساں ترا پٹھن دے لاٹ لے کے آئے ہیں تے گزارش ہے کہ ویڈیو آخر تک دیکھنی اگر اچھی لگے تے لائک بھی ضرور کرنا نالے سبسکرائب بھی کرنا کہ آنے والی ویڈیو تے کل جلدی پہنچ صنگے تے پٹھن دے ماشاءاللہ بالکل ریٹ بھی دیا مناسب دے سائیں تے پٹھن ماشاءاللہ ਕਵਾਲਿਟੀ ਵਾਲੀ ਚੀਜ਼ਾਂ ਤੇ ਨਕੌੜੇ ਵਿੱਚ ਚੈੱਕ ਕਰੋ ਮਾਸ਼ਾਅੱਲਾ ਤੇ ਚਾਰਾ ਵੀ ਤੁਹਾਨੂੰ ਖਵਾ ਤੇ ਚੈੱਕ ਕਰਾ ਰਹੇ ਹਾਂ ਜਨਾਬ ਕਿਆਲੀ ਨਕੌੜੇ ਵਿੱਚ ਚੈੱਕ ਕਰੋ ਕੰਨਾਂ ਦੀ ਲੈਂਥ ਵੀ ਬਰੀਕ ਪਸ਼ਮ ਦੇ ਵਿੱਚ ਨੱਪਟਾ ਤੇ ਰੇਟ ਬਿਲਕੁਲ ਜਿਹਾ ਢੁਨਾਬ ਦੀ ਸਾਂ ਜਨਾਬ ਕਿਆਲੀ ਤੇ ਤੁਹਾਨੂੰ ਪੱਠਾ ਜਨਾਬ ਕਿਆਲੀ ਚਲਾ ਫਿਰਾ ਤੇ ਵੀ ਚੈੱਕ ਕਰਾਵਾਂਗੇ ਤੇ ਇਕੱਠੀਆਂ ਵੀ ਚੈੱਕ ਕਰਾਵਾਂਗੇ ਤੇ ਅਲੱਗ ਅਲੱਗ ਦਾ ਵੀ ਚੈੱਕ ਕਰਾ ਰਹੇ ਹਾਂ ਟੋਰ ਫੇਰ ਤੇ ਵੀ ਚੈੱਕ ਕਰਾ ਰਹੇ ਹਾਂ ਤੇ ਇਨਸ਼ਾਅੱਲਾ ਪੱਠਾ ਮਾਸ਼ਾਅੱੱਲਾ ਤੰਦਰੁਸਤ ਜਾਨਵਰ ਹੋ ਸਨ ਕੋਈ ਨੁਕਸ ਐਬ ਨਹੀਂ ਆਉਣਾ ਤੇ ਇਹਨਾਂ ਦੀ ਉਮਰ ਜਨਾਬ ਕੇ ਲਈ 6 6 5 5 ਮਹੀਨੇ ਇਹਨਾਂ ਦੀ ਉਮਰ ਹੈ ਤੇ ਰੇਟ ਵੀ ਬਿਲਕੁਲ ਜਿਆਦਾ ਮناسب ਜਨਾ ਕਿ 12 12000 ਰੇਟ ਹੈ ਜਨਾ ਕਿ ਫਿਰ ਵੀ ਪਿਆਰ ਮੁਹੱਬਤ ਕਰਸਾਂ ਪਿਰਾਵਾਂ ਨਾਲ ਹਾਂ ਜਿਹੜਾ ਭਾਈ ਰਾਪਤਾ ਪਹਿਲਾਂ ਕਰਸੀ ਹੈ ਜਨਾਬ ਕੇ ਲਈ ਉਹਨਾਂ ਨੂੰ ਜਾਨਵਰ ਮਿਲ ਸੇ ਇਹ ਜਨਾਬ ਕੇ ਲਈ ਹੁਣ ਤੀਸਰੀ ਪਾਰਟ ਆ ਗਈ ਦੋ ਹੋ ਗਏ ਨੇ ਤੀਸਰੀ ਆ ਕੇ ਜਨਾਬ ਕਰੀਏ ਪਾਰਟ ਚੈੱਕ ਕਰੋ ਮਾਸ਼ਾਅੱਲਾ ਲਾਲ ਗਦਰੀ ਸਫੈਦ ਆਖ ਦੇਵੇ ਨਕੌੜਾ ਮਾਸ਼ਾਅੱਲਾ ਕਾਨ ਹਰ ਪਾਸੂ ਪਾਰਟ ਚੰਗੀ ਸੁਸਤੀ ਸਾਫ ਸੁਥਰੀ ਤੇ ਜਨਾਬ ਕਰ ਬਿਹਤਰੀਨ ਪੱਠਾਂ ਜਨਾਬ ਕਰ ਜਿਹੜਾ ਭਾਈ ਲਮਣਾ ਚਾਹਵੇ ਜਨਾਬ ਕੋਈ ਰਾਬਤਾ ਕਰ ਸੀ 12 12000 ਰੇਟ ਤੇ ਹੋਰ ਵੀ ਪਿਆਰ ਮੁਹੱਬਤ ਹੋ ਜਾ ਸੀ ਜਿਹੜਾ ਭਾਈ ਰਾਬਤਾ ਪਹਿਲਾਂ ਕਰੇਗਾ ਇਹ ਜਾਨਵਰ ਉਸ ਨੂੰ ਮਿਲਣਗੇ ਤੇ ਇਹ ਜਨਾਬ ਕੇ ਤੁਹਾਨੂੰ ਪੱਠ ਇਹ ਵੀ ਟੋਰ ਫੇਰ ਤੇ ਚੈੱਕ ਕਰੇ ਸਾਂ ਜਨਾਬ ਕਰ ਇਨਸ਼ਾਅੱਲਾ ਕੋਈ ਨੁਕਸ ਹੈ ਵਾਲ ਜਿਤਾ ਨਹੀਂ ਹੋਣਾ ਜਨਾਬ ਕਰ ਲਈ ਗਰੰਟੀ ਸ਼ੁਦਾ ਮਾਲ ਹੋ ਸੀ ਜਨਾਬ ਕਰ ਤੇ ਕਾਰਗੋ ਦੀ ਸਹੂਲਤ ਵੀ ਹੈ ਜਿਹੜਾ ਭਾਈ ਅਗਰ ਕਾਰਗੋ ਤੇ ਮੰਗਵਾਉਣਾ ਚਾਹਵੇ ਨਾ ਮੰਗਵਾ ਸਕਦਾ ਠੀਕ ਹੈ ਨਾ ਇਹ 파ਟ ਵੀ ਤੁਹਾਨੂੰ ਟੋਰ ਫਿਰ ਤੇ ਚੈੱਕ ਕਰ ਰਹੇ ਨੇ ਜਨਾਬ ਕਲੀ ਲਓ ਜੀ ਇਹ 파ਟ ਵੀ ਟੁਰਦੀ ਫਿਰਦੀ ਚੈੱਕ ਕਰ ਮਾਸ਼ਾਅੱਲਾ ਤੰਦਰੁਸਤ ਜਾਨਵਰ ਜਨਾਬ ਕਲੀ ਚੰਗੇ ਹੱਡ ਪੈਰ ਮੋٹے ਪੈਰਾਂ ਦੇ ਵਿੱਚ ਮਾਸ਼ਾਅੱਲਾ ਡਬਲ ਹੱਡੀ ਦੇ ਵਿੱਚ ਤੇ ਉਹ ਇਹ ਤਿੰਨੇ ਪੱਠਾ ਕੱਠੀਆਂ ਹੋਣਗੇ ਜਨਾਬ ਕਲੀ ਕੱਠੀਆਂ ਜਨਾਬ ਕਲੀ ਤੁਸੀਂ ਟੋਰ ਫਿਰ ਤੇ ਤੁਹਾਨੂੰ ਚੈੱਕ ਕਰਾ ਰਹੇ ਆ ਜਨਾਬ ਕਲੀ ਕੋਈ ਇਹਨਾਂ ਦੇ ਵਿੱਚ ਨੁਕਸੇਬ ਤੇ ਨਹੀਂ ਕਲੀ ਕਲੀ ਵੀ ਚੈੱਕ ਕਰਾਈ ਹੈ ਜਨਾਬ ਕਲੀ ਤੇ ਹੁਣ ਤੁਹਾਨੂੰ ਜਨਾਬ ਕਲੀ ਟੋਰ ਫਿਰ ਤੇ ਤਿੰਨੇ ਕੱਠੀਆਂ ਵੀ ਚੈੱਕ ਕਰਾ ਰਹੇ ਆ ਤੇ ਮਾਸ਼ਾਅੱਲਾ ਕੁਆਲਿਟੀ ਵਾਲੀ ਚੀਜ਼ਾਂ ਚਮਕ ਆ ਰਹੀਆਂ ਜਨਾਬ ਕਹ ਲਈ ਬਰੀਕ ਪਸ਼ਮ ਦੇ ਵਿੱਚ ਤੇ ਰੇਟ ਵੀ ਵੇਖੋ ਬਿਲਕੁਲ ਜਿਹਾ ਮੁਨਾਸਿਬ ਰੇਟ ਹੈ ਜਨਾਬ ਕਹ ਲਈ ਤੇ ਕਾਰਗੋ ਦੀ ਸਹੂਲਤ ਵੀ ਹੈ ਇਹ ਵੇਖੋ ਨਾ ਤੇ ਇਨਸ਼ਾਅੱਲਾ ਜਿਹੜਾ ਭਾਈ ਰਾਬਤਾ ਪਹਿਲਾਂ ਕਰੇਗਾ ਇਹ ਮਾਲ ਉਸ ਨੂੰ ਮਿਲਣਾ ਤੇ ਮਾਲ ਆਪਣੇ ਕੋਲ ਨਵਾਂ ਤੋਂ ਨਵਾਂ ਆ ਜਾਂਦਾ ਜਿਹੜਾ ਜਿੰਨਾ ਕੁ ਮਾਲ ਹੋਵੇ ਉਸ ਦੀ ਵੀਡੀਓ ਲਾਉਣੀ ਹੈ ਨਾ ਇਹ ਤਿੰਨ ਬੱਚੀਆਂ ਬਾਕੀ ਸੇਲ ਹੋ ਗਈਆਂ ਲੇਕਿਨ ਇਨਸ਼ਾਅੱਲਾ ਇਹ ਵੀ ਜਿਹੜਾ ਭਾਈ ਪਹਿਲਾਂ ਰਾਬਤਾ ਕਰਸੀ ਇਨਸ਼ਾਅੱਲਾ ਉਹਨੂੰ ਮਿਲ ਜਾਸੇ तो गुज़ारिश है कि वीडियो आखिर तक देखनी है ठीक है अच्छी लगे तो लाइक भी जरूर करो तो कमेंट्स भी करो कि वीडियो कैसी लगी है तो इन अगली वीडियो तो मिलेंगे मुलाकात होगी असलम व वरकू